किसान वीरों ਦੇ ਪੈਨੋਂ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪੇਂਟ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹਾਂ ਮਠਾਰ ਸਿੰਘ ਜੀ ਓ ਬੱਲੇ 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 ਚਾਈ ਸਾ ਚਾਈ ਸਾ ਜੈ ਜੀ ਜੈ ਹਿੰਦ ਜੀ ਵਾਹ ਵਾਹ ਜੈ ਹਿੰਦ ਜੈ ਹਿੰਦ ਸਾਹਿਬ ਕੀ ਬਾਤ ਹੈ ਬੈਠੋ ਬੈਠੋ ਜੀ ਬੈਠੋ ਜੀ 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 حال ਵਧੀਆ ਜੀ। ਆ ਕੀ ਗੱਲ ਬਾਹ ਪੜੀ? ਬਾਹ ਉਂਦੀ ਫੜੀ ਆ ਕੋਈ ਸੁਖ ਸਾਲ। ਮੈਂ ਕਿਹਾ ਚਾਹਤ ਕੀ ਤੇ ਵੈਕਸੀਨ ਲਵਾ ਕੇ ਆਏ। ਨਹੀਂ ਉਹ ਤਾਂ ਲਵਾਇਆ ਸੀ ਮੈਂ। ਅੱਛਾ ਇੱਧਰ ਲਵਾਇਆ ਸੀ। ਅੱਛਾ ਅੱਛਾ। ਹਾਂ। ਚਲ ਚੰਗਾ ਕੀਤਾ। ਅੱਛਾ ਡਾਕਟਰ ਸਾਹਿਬ ਆਏ ਆ। ਹਾਂ ਡਾਕਟਰ ਸਾਹਿਬ ਇਹ ਆਪਣੇ ਡਾਕਟਰ ਦਵਿੰਦਰ ਸਿੰਘ ਹੁਣੀ ਆ ਨਾ ਇਹ। ਆ ਲੈ ਲੈ ਤੂੰ ਹੀ ਤੇ ਮੈਂ ਹਾਂਦਾ ਸੀ ਥੋੜਾ ਜਿਹਾ ਆ ਲਿਆ ਨਾ ਪੂਰਾ ਤੁਹਾਡੇ ਤੋਂ ਪੁੱਛੂਗਾ। ਬਾਕੀ ਵੀ ਦੱਸੋ ਵੀ ਇਹ ਕਿੱਥੇ ਭਲਾ ਇਹ ਜੀ ਆਪਣਾ ਡਾਕਟਰ ਦਵਿੰਦਰ ਸਿੰਘ ਜੀ ਨੇ ਇਹ ਡੇਰੀ ਵਿਭਾਗ ਆ ਨਾ ਜਿਹੜਾ ਆਪਣੇ ਪੰਜਾਬ ਦਾ। अच्छा अच्छा ਉਹਦੇ ਚ ਬਤੌਰ ਡਿਪਟੀ ਡਾਇਰੈਕਟਰ ਜੀ ਆਪਣੀਆਂ ਸੇਵਾਵਾਂ ਨਿਭਾ ਰਹੇ ਤੇ ਇਹਨਾਂ ਦਾ ਜੇ ਜਿਹੜਾ ਦਫ਼ਤਰਿਆ ਨਾ ਜੀ ਉਹ ਤੇ ਹੈਗਾ ਆਪਣਾ ਕਪੂਰਥਲਾ ਖਾਸ ਜਿਹੜਾ ਕਪੂਰਥਲਾ ਅੱਛਾ ਖਾਸ ਅੱਛਾ ਪਰ ਇਹ ਤਿੰਨ ਜ਼ਿਲ੍ਹਿਆਂ ਚ ਜਾਂਦੇ ਆ ਤਿੰਨ ਜ਼ਿਲ੍ਹੇ ਇਹਨਾਂ ਦੇ ਅੰਡਰ ਆਂਦੇ ਆ ਇੱਕ ਤਰਨਤਾਰਨ ਸਾਹਿਬ ਤੇ ਹੁਸ਼ਿਆਰਪੁਰ ਇਹ ਕਪੂਰਥਲਾ ਤੇ ਹੈਗਾ ਹੀ ਆ ਠੀਕ ਆ ਜੀ ਤਿੰਨ ਜ਼ਿਲ੍ਹਿਆਂ ਦੇ ਮਾਲਕ ਹੋ ਜੀ ਤੁਸੀਂ ਬਾਪੂ ਜੀ ਨਹੀਂ ਜ਼ਿਲ੍ਹੇ ਮਾਲਕ ਆ ਦੇ ਦੀ ਇਹ ਡਿਊਟੀ ਆ ਜੀ ਇਹ ਤਾਂ ਸੇਵਾ ਕਰਦੇ ਆ ਸੇਵਾ ਕਰਦੇ ਆ ਕਿਸਾਨਾਂ ਵਾਸਤੇ ਡਿਊਟੀ ਆ ਜੀ ਹਾਂ ਚਲੋ ਗੱਲ ਇਹ ਆ ਜੀ ਸੇਵਾ ਕਰਨੀ ਚਾਹੀਦੀ ਆ ਹੈ ਹੋਰ ਤੁਸੀਂ ਸੁਣਾਓ ਪਹਿਲਾਂ ਕੀ ਹਾਲ ਹੈ ਮੈਂ ਬਿਲਕੁਲ ਠੀਕ ਠਾਕ ਆ ਤੁਸੀਂ ਆ ਪੁੱਛਦੇ ਸੀ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਹੋਣੀ ਵੀ ਨਹੀਂ ਚਾਹੀਦੀ ਇਹ ਹੈ ਹੀ ਨਹੀਂ ਭੈ ਨਹੀਂ ਹੈ ਨਹੀਂ ਹੁਨਾ ਨਾ ਇਹ ਤੇ ਐਵੀ ਲੋਕੀ ਵਿਅਮ ਕਰਦੇ ਮੈਂ ਵੀ ਦੂਸਰੀ ਡੋ ਚਲਵਾ ਲਈ ਹੈ ਜੀ ਆਹ ਤੇ ਜਲਦੀ ਨਾਲ ਨਾਲੇ ਜਿੱਥੇ ਸੱਜਣ ਯਾਰ ਇਦਾਂ ਦੇ ਹੁਣ ਉੱਥੇ ਕਾਹਦਾ ਡਰਿਆ ਮੈਂ ਕਿੰਨਾ ਪਰਾਣਾ ਜਨਾਂ ਦਾ ਲੱਗਦਾ 40 ਤੁਹਾਡਾ ਵਾਵਾ ਡਾਕਟਰ ਸਾਹਿਬ ਕਈ ਚੀਜ਼ਾਂ ਹੁੰਦੀਆਂ ਫਾਇਦੇ ਲਈ ਹਾਂਜੀ ਪਰ ਉਹ ਕਈ ਵਾਰੀ ਅਫਵਾਹ ਦਾ ਕਾਰਨ ਬਣ ਜਾਂਦੀ ਆ ਜਿਵੇਂ ਅੱਜਕੱਲ ਸਾਡੇ ਕੋਲ ਮੋਬਾਈਲ ਫੋਨ ਆ ਗਿਆ ਨਾ ਜਦੋਂ ਦਾ ਇਹਦੇ ਵਿੱਚ ਪੜ ਪੜ ਕੇ ਲੋਕੀ ਕੰਮਲੇ ਹੋਏ ਜੀ ਇਹ ਇਹ ਸਿੱਧੇ ਪਾਸੇ ਲੈ ਕੇ ਜਾਓ ਹੈਨਾ ਇਹਦੇ ਚ ਪਾ ਦੇਣਗੇ ਉਹ ਫਲਾਣੇ ਨੇ ਟੀਕਾ ਲਵਾਇਆ ਉਹਨੂੰ ਬੁਖਾਰ ਚੜ ਗਿਆ ਉਹ ਕਿਤੇ ਹੋਰ ਕਾਰਨ ਚੜਿਆ ਹੋਵੇ ਤੇ ਨਾਲ ਇਹ ਜੋੜ ਦਿੰਦੇ ਜੀ ਬਸ ਇੱਕ ਗਲਤਫਹਿਮੀ ਚ ਲੋਕਾਂ ਨੂੰ ਪਾਉਣਾ ਜਦੋਂ ਕਹਿੰਦੇ ਬਸ ਉਹ ਇੱਕ ਦਿਨ ਇੱਕ ਬੇਲੀ ਤੁਰਿਆ ਜਾਵੇ ਤੁਰਿਆ ਜਾਵੇ ਸਕੂਟਰ ਦੇ ਉੱਤੇ ਜਾਣ ਰਿਹਾ ਆ ਜੀ ਜੀ ਇੱਕ ਹੱਥ ਜਿਹਾ ਐ ਕਰੀ ਜਾਵੇ ਤਾਂ ਦੂਜੇ ਤੇ ਐ ਕਰ ਜਾਵੇ ਉਹ ਮੈਂ ਤੂੰ ਮਰਨਾ ਤੇ ਕਿਸੇ ਨੂੰ ਵੀ ਮਾਰੂੰਗਾ ਬਈ ਐ ਨਾ ਨਾ ਕਰੋ ਕੋਈ ਚੰਗੀ ਗੱਲ ਆ ਜਿਹੜੀ ਮੋਬਾਈਲ ਤੋਂ ਤੁਹਾਨੂੰ ਸੁਣਦੀ ਆ ਸੁਣੋ ਉਹ ਗੱਲ ਕਰਨੀ ਆ ਕੋਈ ਸੁਣਨੀ ਆ ਖੜਾ ਹੋ ਕੇ ਸੁਣੋ ਸਾਈਡ ਤੇ ਲਾ ਲਓ ਸਾਈਡ ਤੇ ਲਾ ਲਓ ਦੂਜੀ ਗੱਲ ਇਹ ਆ ਡਾਕਟਰ ਸਾਹਿਬ ਜਦੋਂ ਤੱਕ ਹੁਣ ਇਹ ਨਾਮਰਾਦ ਜਿਹੜੀ ਬਿਮਾਰੀ ਗੈਲੋ ਦੇ ਇਸ ਤਰ੍ਹਾਂ ਦੀ ਇਹ ਜਿਹ ਜਿੰਨਾ ਚੇ ਚਲੇ ਨਹੀਂ ਨਾ ਜਾਂਦੀ ਉਹਨਾਂ ਚਿਰ ਸਾਨੂੰ ਨੰਬਰ 1 ਤੇ احتیاط ਜਿਹੜੀ ਰੱਖਣੀ ਇਹਨੂੰ ਨਾ ਆਦਤ ਚ شمار ਕਰ ਲਓ ਹਾਂ احتیاط ਹੈਨਾ ਤੇ ਦੂਜੀ ਗੱਲ ਵੀ ਵੈਕਸੀਨ ਜ਼ਰੂਰ ਲਗਾਓ ਜ਼ਰੂਰ ਲਵਾਓ ਜੀ ਹੈ ਤੇ ਦੇਖੋ ਗੱਲ ਇਹ ਹੁੰਦੀ ਆ ਵੀ ਸਰਕਾਰ ਵੀ ਸਾਨੂੰ ਕਹਿੰਦੀ ਆ ਹੋਰ ਵੀ ਨਾਲੇ ਲੱਗਦੀ ਪਈ ਆ ਨਾਲੇ ਫਾਇਦਾ ਜੀ ਇਹਦਾ ਮੈਂ ਫਾਇਦਾ ਫਾਇਦੇ ਆ ਤੜੇ ਵੀ ਹਿਊਮਨਿਟੀ ਆਉਂਦੀ ਆ ਉਹ ਚ ਲੜਨ ਦੀ ਸ਼ਕਤੀ ਆਉਂਦੀ ਆ ਬਸ 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 ਤੇ ਦੂਜਾ ਮੈਂ ਅੱਜ ਸਵੇਰੇ ਡਾਕਸਾ ਅਖਬਾਰ ਚ ਪੜਦਾ ਪਿਆ ਸੀ ਹੁਣ ਤੇ ਉਹਨਾਂ ਨੇ ਕਹਿਤਾ ਵੀ ਆਪਣਾ ਬੱਚੇ 2 ਸਾਲ ਤੋਂ ਲੈ ਕੇ 18 ਸਾਲ ਤੱਕ ਜਿਹੜੇ ਆ ਉਹਦਾ ਵੀ ਕੀ ਹਾਂ ਜੀ ਹੁੰਦੇ ਗਰੇਟ ਟ੍ਰੇਲ ਚੱਲਦਾ ਪਿਆ ਟ੍ਰੇਲ ਚੱਲਦਾ ਪਿਆ ਹੈ ਉਹਦਾ ਵੀ ਕਹਿੰਦੇ ਟ੍ਰੇਲ ਚੱਲਦਾ ਪਿਆ ਤੇ ਬੜੀ ਜਲਦੀ ਆ ਜਾਣੀ ਆ ਉਹ ਰਹਿ ਨਹੀਂ ਜਾਣਾ ਦੇਖ ਰਹੇ ਆ ਜੇ ਕਾਮਯਾਬ ਹੋਗਾ ਤਾਂ ਫੇਰ ਮੰਡੀ ਚ ਚੀਜ਼ ਜਿੱਦਾ ਆ ਜਾਂਦੀ ਆ ਪਿਆ ਜੇ ਜੇ ਕਾਮਯਾਬ ਦੀ ਕਿਹੜੀ ਗੱਲ ਆ ਕਾਮਯਾਬ ਹੋਵਾਂਗੇ ਅੱਛਾ 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 ਫੇਰ ਉਹ ਲਿਆ ਲਾਈਨਾਂ ਹਾਂ ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਰਾਂਝਾ ਤਖਤ ਤੇ ਆ ਰਹੇ ਤੁਰੇ ਤੇ ਸਹੀ ਉਹਦੇ ਮਗਰ ਸਿਆਲ ਆਂਦਾ ਚੰਗਾ ਆਉਂਦਾ ਸਹੀ ਚੌਧਰੀ ਸਾਹਿਬ ਸਹੀ ਗੱਲ ਜਿਹੜੀ ਗੱਲ ਜਿਹੜੀ ਨਹੀਂ ਹੋ ਸਕਦੀ ਬਿਲਕੁਲ ਦੇਖੋ ਤੁਹਾਡੀ ਗੱਲ ਨੂੰ ਮਤਲਬ ਸੁਣਿਆ ਤਾਂ ਮੈਂ ਕਿਹਾ ਚੌਧਰੀ ਸਾਹਿਬ ਤੁਸੀਂ ਬਹਿ ਜਾ ਬਹਿ ਜਾ ਬਹਿ ਜਾ ਕਰਾ ਜੀ ਗੁੱਸਾ ਨਾ ਕਰੀ ਮੈਂ ਵੀ ਬਾਰਾਂ ਰਾਂਝਾ ਨਾ ਤੁਹਾਡਾ ਘਰਾਣਾ ਪ੍ਰਾਣਾ ਲੱਗਦਾ ਜੀ ਗੁੱਸਾ ਤੇ ਕਰਦਾ ਇਦਾਂ ਹੀ ਆ ਜੀ ਇਦਾਂ ਹੀ ਗੁੱਸਾ ਕਰਨ ਵਾਲੇ ਦਿਨ ਅਸੀਂ ਜੰਮੇ ਹੀ ਨਹੀਂ ਪਹਾਇਆ ਮੰਡੀਆਂ ਦੇ ਸੁਣਾ ਛੱਡੋ ਜੀ ਸੁਣਾ ਇਹ ਹੁਕਮ ਹੋ ਵੀ ਨਹੀਂ ਹੁਕਮ ਨਹੀਂ ਆਦਿਆ ਬੇਨਤੀ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਆ ਵੀ ਆਲੂ ਵਿਕਿਆ ਜਲੰਧਰ 250 ਰੁਪਏ ਕਿਲ ਅੰਮ੍ਰਿਤਸਰ 400 ਰੁਪਏ ਮੁਕਸਰ 750 ਰੁਪਏ ਖੰਨਾ 500 ਰੁਪਏ ਤੇ ਰਈਆ ਮੰਡੀ 700 ਰੁਪਏ ਜੀ ਪਿਆਜ਼ ਅੱਜ ਵਿਕਿਆ ਜਲੰਧਰ 1150 ਰੁਪਏ ਅੰਮ੍ਰਿਤਸਰ 1200 ਰੁਪਏ ਫਿਰੋਜ਼ਪੁਰ 1700 ਰੁਪਏ ਮੁਕਸਰ 1400 ਰੁਪਏ ਖੰਨਾ ਤੇ ਰਈਆ 1500 ਰੁਪਏ ਪਾਰਿਆ ਜੀ ਜੀ ਜਨਾਬ ਟਮਾਟਰ ਅੱਜ ਵਿਕਿਆ ਜਲੰਧਰ 350 ਰੁਪਏ ਅੰਮ੍ਰਿਤਸਰ 300 ਰੁਪਏ ਫਿਰੋਜ਼ਪੁਰ 450 ਰੁਪਏ ਮੁਕਸਰ 650 ਰੁਪਏ ਖੰਨਾ ਮੰਡੀ 800 ਰੁਪਏ ਤੇ ਰਿਆ ਭਾਜੇਗਾ ਮਿਲਿਆ ਜੀ ਟਮਾਟਰ ਦਾ 1900 ਰੁਪਏ ਟਮਾਟਰ ਆ ਵਾਹ ਬਈ ਵਾਹ ਤੇ ਇੱਕ ਯਾਜ ਵੇਖਿਆ ਜਲੰਧਰ ਤੇ ਅੰਮ੍ਰਿਤਸਰ 400 ਰੁਪਏ ਫਿਰੋਜ਼ਪੁਰ ਤੇ ਮੁਕਸਰ 600 ਰੁਪਏ ਜੀ ਖੰਨਾ ਮੰਡੀ 800 ਰੁਪਏ ਤੇ ਰਿਆ 1100 ਰੁਪਏ ਰਈਆ ਖਰਾਬ ਭਿੰਡੀ ਭਿੰਡੀ ਤੋਰੀ ਆ ਹਣੀ ਸ਼ੁਰੂ ਹੋ ਗਈ ਆ ਜੀ ਜਲੰਧਰ 1300 ਰੁਪਏ ਅੰਮ੍ਰਿਤਸਰ 1100 ਰੁਪਏ ਫਿਰੋਜ਼ਪੁਰ 2700 ਰੁਪਏ ਮੁਕਸਰ 2750 ਰੁਪਏ ਖੰਨਾ 1500 ਰੁਪਏ ਤੇ ਰਈਆ 1700 ਰੁਪਏ ਤੇਜ਼ ਆ ਰਈਆ ਆ ਇਹ ਤੇ ਸੀ ਜੀ ਆਪਣਾ ਮੰਡੀਆਂ ਦੇ ਭਾ ਹਾਂਜੀ ਤੇ ਤੁਸੀਂ ਦਿੱਤੇ ਸੁਣਾ ਹੁਣ ਆ ਜੀ ਇਹ ਡਾਟ ਸਾਰ ਨਾ ਲੈਣਾ ਤਾਂ ਵੀ ਲਾਹਾ ਲੈਣਾ ਆਪਾਂ ਕੋਈ ਅੱਜ ਨਾ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਹਾਂਜੀ ਭਈ ਦੇਖੋ ਮੌਸਮ ਬਦਲਦਾ ਪਿਆ ਬਦਲਦਾ ਜੀ ਉਹਦੇ ਬਾਬਤ ਆ ਵੀ ਗਰਮੀਆਂ ਚ ਜੀ ਪਸ਼ੂਆਂ ਦਾ ਸੁਚੱਜਾ ਰੱਖ-ਰਖਾਵ ਕਿਵੇਂ ਕਰਨਾ ਬਹੁਤ ਵਧੀਆ ਗੱਲ ਠੀਕ ਹੈ ਠੀਕ ਹੈ ਇਹਦੇ ਬਾਬਤ ਡਾਕਟਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਵੀ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਸਵਾਲ ਕਰਨਾ ਚਾਹੁੰਦੇ ਹੋ ਸਾਡੇ ਕੋਲ ਮਾਹਰ ਬੈਠੇ ਨੇ ਸਾਨੂੰ ਟੈਲੀਫੋਨ ਕਰਕੇ ਕਰ ਸਕਦੇ ਆ ਸਾਡਾ ਟੈਲੀਫੋਨ ਨੰਬਰ ਹੈ 0181 281426 0181 200 814264 ਇਹ ਦੋ ਨੰਬਰ ਹੈ ਜੀ ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਸਵਾਲ ਕਰ ਸਕਦੇ ਆ ਡਾਕਟਰ ਸਾਹਿਬ ਜੀਓ ਗੱਲ ਇਹ ਹੁੰਦੀ ਆ ਵੀ ਅਸੀਂ ਤੇ ਆਪਣੇ ਰਹਿਣ ਵਾਸਤੇ ਕਮਰੇ ਲੈਣੇ ਆ ਪਾ ਹੈਨਾ ਇੱਥੇ ਕਮਰਾ ਪਾ ਲਓ ਇੱਥੇ ਡ੍ਰੈਿੰਗ ਰੂਮ ਬਣਾ ਲਓ ਹੈਨਾ ਇੱਥੇ ਬਾਥਰੂਮ ਬਣਾ ਲਓ ਇਧਰ ਘਾ ਕੇ ਆਂਜੇ ਹੁੰਦੀ ਕਿਚਨ ਰਹਿਣ ਲਈ ਲੈਣੇ ਆ ਸਜਾ ਕਮਰੇ ਲੈਣੇ ਆ ਪਾ ਤੇ ਆ ਪਸ਼ੂ ਸਾਡੇ ਆਪਣਾ ਵੱਡਮੁੱਲਾ ਤਾਨਿਆਂ ਵੱਡਮੁੱਲਾ ਤਾਨਿਆਂ ਹੈਨਾ ਗਰਮੀਆਂ ਆ ਗਈਆਂ ਤਾਪਮਾਨ ਵਧ ਗਿਆ ਇਹ ਜਿਹੜਾ ਇਹੋ ਜੇ ਮੌਸਮ ਚ ਵਧੇ ਤਾਪਮਾਨ ਚ ਜਿਹੜੇ ਸ਼ੈੱਡ ਆ ਹਾਂਜੀ ਰੱਖ ਰਖਾਉ ਉਹਨਾਂ ਚ ਹੀ ਕਰਨਾ ਨਾ ਹਾਂਜੀ ਹਾਂਜੀ ਉਹਦੇ ਕੀ ਕੀ ਪ੍ਰਬੰਧ ਸਾਨੂੰ ਕਰਨੀ ਚਾਹੀਦਾ ਮਠਾ ਸਿੰਘ ਜੀ ਇਹ ਵੀ ਬਹੁਤ ਵਧੀਆ ਤੁਸੀਂ ਪੁੱਛਿਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆਂ ਕੋਈ ਵੀ ਨਵਾਂ ਕੰਮ ਸ਼ੁਰੂ ਕਰੋ ਤਾਂ ਆਪਾਂ ਉਹਦੇ ਇੱਕ ਬਿਲਡਿੰਗ ਵਾਸਤੇ ਸੋਚਦੇ ਆਂ ਜੀ ਸੋ ਉਹ ਵਿੱਚ ਸਾਡੇ ਦੇਰੀ ਜਿਹੜਾ ਕਿਤਾ ਸ਼ੁਰੂ ਚੱਲਦਾ ਆ ਰਿਹਾ ਇੱਕ ਮਤਲਬ ਕਿ ਨਾਲ ਮੇਲ ਖਾਂਦਾ ਨਿਖੜਵਾ ਅੰਗਾ ਖੇਤੀਬਾੜੀ ਦਾ ਉਹਦੇ ਵਾਸਤੇ ਆਪਾਂ ਜਿਹੜੇ ਕੈਟੇ ਸ਼ੈਡ ਆ ਪਸ਼ੂਆਂ ਦੇ ਬਹੁਤ ਸੋਹਣੇ ਸਾਫ਼ ਸੁਥਰੇ ਹਵਾਦਾਰ ਹੋਣੇ ਚਾਹੀਦੇ ਜੀ ਇਸ ਕਾਰਨ ਪਾਬੇ ਲਾਈਟ ਜਿਆ ਸੋਦੇ ਪਰ ਇਹਦਾ ਫਾਇਦਾ ਬਹੁਤ ਆ ਪਹਿਲਾਂ ਤਾਂ ਉਹਦੀ ਸਿਹਤ ਸਹੀ ਰਹੂਗੀ ਸਾਡੇ ਕੋਲ ਦੁੱਧ ਦੀ ਕੁਆਲਿਟੀ ਵਧੀ ਆਏ ਹਾਂ ਹੁਣ ਜਿਹੜੇ ਸ਼ੈੱਡ ਆਪਣੇ ਕੋਲ ਮੌਜੂਦਾ ਨੇ ਉਹਨਾਂ ਦੇ ਘਟੋ ਘਟ ਜਿਹੜੇ ਫਰਸ਼ ਆ ਸਾਫ ਹੋਣੇ ਚਾਹੀਦੇ ਆ ਉਹਨਾਂ ਦੇ ਇੱਟਾਂ 'ਚ ਉੱਚੀਆਂ ਨਹੀਂ ਮੇ ਨਹੀਂ ਹੋਣੀਆਂ ਚਾਹੀਦੀਆਂ ਜੇ ਹੈ ਤਾਂ ਉਹਨੂੰ ਪੱਧਰੀਆਂ ਕਰ ਲੈਣੇ ਚਾਹੀਦੇ ਆ ਸਿੰਪਲ ਪਲੱਸਤਰ ਕਰ ਲਓ ਖੋਲੀਆਂ 'ਚ ਉਲੀ ਨਹੀਂ ਹੋਣੀ ਚਾਹੀਦੀ ਜਾਣਾ ਨਹੀਂ ਲੱਗਾ ਹੋਣਾ ਚਾਹੀਦਾ ਸੋ ਆਸੇ ਪਾਸੇ ਦਰਖਤ ਲੱਗੇ ਹੋਣ ਛਾਂ ਹੋਵੇ ਤੇ ਪਾਣੀ ਦਾ ਨਿਕਾਸ ਪ੍ਰੋਪਰ ਹੋਵੇ ਤੇ ਸਾਨੂੰ ਗਰਮੀਆਂ ਦੇ ਵਿੱਚ ਸਾਡੇ ਪਸ਼ੂਆਂ ਦੀ ਸਿਹਤ ਵਧੀਆ ਰਹੇਗੀ ਹੁਣ ਅਸੀਂ ਕਹਿੰਦੇ ਮਾਡਰਨ ਸ਼ੈੱਡ ਬਣਾਉਣੇ ਤੁਸੀਂ ਮੋਡਰਨਾਈਜ਼ ਪਾਸੇ ਆ ਜੀਏ ਤੇ ਸ਼ੈੱਡ ਦਾ ਪਲਾਟ ਹਵਾਦਾਰ ਚਾਰੇ ਪਾਸੇ ਖੇਤਾਂ 'ਚ ਬਣਾਓ ਘੱਟੋ ਘੱਟ ਜੇ ਤੁਸੀਂ 10 ਪਸ਼ੂ ਦਾ ਕੈਟਲ ਸ਼ੈੱਡ ਬਣਾਉਣਾ ਤੇ ਉਹ 60 ਫੁੱਟ ਬਾਏ 42 ਫੁੱਟ ਦਾ ਤੁਸੀਂ ਪਲਾਟ ਲੈ ਲਓ ਚਾਰੇ ਪਾਸੇ ਖੁੱਲਾ ਹੋਵੇ ਉਹਦੇ ਤੇ 35 ਫੁੱਟ ਜਿਹੜਾ ਕਵਰ ਕਰ ਦਿਓ ਜੀ ਤੇ ਉਹਦੇ 'ਚ ਖੁੱਲਾ ਸਰ ਚਾਰਦੁਆਰੀ ਕਰ ਦਿਓ ਤਾਰ ਲਾ ਦਿਓ ਪਲਾਸਟਿਕ ਵਾਲੀ ਕੰਡਿਆਂ ਵਾਲੀ ਨਹੀਂ ਲਾਉਣੀ ਤੇ ਗੇਟ ਰੱਖ ਲਓ ਪਰਲੇ ਪਾਸਿਓਂ ਰਸਤਾ ਰੱਖ ਲਓ ਉਹਨੂੰ ਆਪਣੇ ਪੱਠੇ ਪਾਉਣ ਵਾਸਤੇ 6 ਤੋਂ 7 ਫੁੱਟ ਦਾ 2 2 1/2 ਫੁੱਟ ਦੀ ਖੁਰ ਲਈ 7-8 ਫੁੱਟ ਰਸਤਾ ਪਾ ਖੜੇ ਕਰਨ ਵਾਸਤੇ ਪਸ਼ੂਆਂ ਦੇ ਫਿਰ 1 1/2 ਫੁੱਟ ਦੀ ਨਾਲੀ ਫਿਰ ਚਵੱਚੇ ਪਾਣੀ ਵਾਸਤੇ ਹਾਂ ਉਹ ਵੀ ਜ਼ਰੂਰੀ ਤੇ ਉਹ ਬਾਕੀ ਕੱਚੀ ਜਗਾ ਸੋ ਪਸ਼ੂ ਆਪਣੀ ਮਰਜ਼ੀ ਨਾਲ ਆਨੰਦ ਨਾਲ ਇਹ ਆਪਣਾ ਬੈਠੇ ਛਾਵੇਂ ਬੈਠੇ ਕੱਚੀ ਜਗਾ ਬੈਠੇ ਪਾਣੀ ਪੀਵੇ ਤੇ ਜਦੋਂ ਪੱਠੇ ਪਾਉਣੇ ਆ ਤੁਸੀਂ ਬਾਹਰੋਂ ਪਾ ਕੇ ਚੱਲ ਜਾਣ ਉਹਨੇ ਖਾ ਜਾਣ ਮਤਲਬ ਵੀ ਅਸੀਂ ਇਹੋ ਜਿਹੇ ਮਿੱਠਾ ਸੇ ਛੱਡਾ ਚਾਹੁੰਨੇ ਆ ਵੀ ਸਾਡਾ ਜਿਹੜਾ ਬੀਜਵਾਨ ਪਸ਼ੂ ਆ ਤੁਸੀਂ ਇੰਨੀ ਸੇਵਾ ਕਰਦੇ ਹੋ ਉਹ ਖੁਸ਼ ਰਹੇ ਹਾਂ ਈਵਨ ਕਿ ਮੈਂ ਇਦਾਂ ਦੇ ਛੱਡ ਦੇਖਿਆ ਜੀ ਉਹਨਾਂ ਨੇ 뮤직 ਲਾਈ ਹੋਇਆ ਔਰ ਹੋਰ ਅੱਛੇ ਹੋ ਸੰਗੀਤ ਤੇ ਆਂਦੇ ਆ ਜੀ ਬਹੁਤ ਵੱਡਾ ਧੰਨਿਆਈ ਵੀ ਉਹ ਵੈਸੇ ਉਹ ਸਾਡੇ ਕੈਟਰਿੰਗ ਦਾ ਜਿਹੜਾ ਮਿਲਕ ਵੱਜਦਾ ਹਾਂ ਸੋ ਇਹਦਾ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਅੱਗੇ ਨਿਕਲਾਂਗੇ ਕੀ ਬਾਤ ਕਿਆ ਬਾਤ ਮਿੱਠਾ ਸਿੰਘ ਜੀ ਕਹਿੰਦੇ ਦੁੱਧ ਤੇ ਪੁੱਤ ਕਰਮਾ ਨਾਲ ਨਸੀਬ ਹੁੰਦੇ ਹਾਂ ਜੀ ਮੇਰੇ ਕੋਲ ਬਿਲਕੁਲ ਤੇ ਅਸੀਂ ਬੜੇ ਕਰਮਾ ਵਾਲੇ ਆ ਡਾਕਟਰ ਸਾਹਿਬ ਜਿਨ੍ਹਾਂ ਦੇ ਦੁੱਧ ਨਸੀਬ ਹੋ ਰਿਹਾ ਤੇ ਤੁਹਾਡਾ ਬੜਾ ਇੱਕ ਯੋਗਦਾਨ ਹੈ ਜੀ ਚੋਹੀ ਸਾਹਿਬ ਦੇਖੋ ਮੈਂ 10 ਕੈਟਲ ਦੀ ਗੱਲ ਕੀਤੀ ਆ ਫੇ 20 ਦੀ ਆ 20 ਦੇ ਵਿੱਚ ਤੁਸੀਂ ਹੋਰ ਪੱਟੀ ਸ਼ੈੱਡ ਬਣਾ ਲਓ 60 ਫੁੱਟ ਬਾਈ 70 ਫੁੱਟ ਦਾ ਪਲਾਟ ਆ ਜੀ ਉਹਨੂੰ 60 ਫੁੱਟ ਬਾਈ 40 ਫੁੱਟ ਕਵਰ ਕਰਦੇ ਹੋ ਉਹ ਵੀ ਇਹੀ ਸਿਸਟਮ ਨਾਲ ਬਣਦਾ ਹਾਂ ਸੋ ਅਸੀਂ ਕਹਿੰਨੇ ਆ ਵੀ ਜਿਹੜਾ ਸਾਡਾ ਫਾਰਮਰ ਆ 2 4 ਰੱਖਦਾ 5 ਰੱਖਦਾ 10 ਤੱਕ ਜਾਵੇ 20 ਤੱਕ ਜਾਵੇ ਤੇ ਵਧੀਆ ਸਾਡੇ ਕੋਲ ਕੈਟਲ ਹੋਣ ਵਧੀਆ ਵਧੀਆ ਹੋਵੇ ਜਿਵੇਂ ਤੁਸੀਂ ਗੱਲ ਕੀਤੀ ਆ ਮਿੱਠਾ ਸਿੰਘ ਜੀ ਵੀ ਸਾਡੇ ਕੋਠੀਆਂ ਕਿੰਨੀਆਂ ਸੋਹਣੀਆਂ ਹਾਂ ਤੇ ਅਸੀਂ ਉਹ ਕਿੰਨਾ ਸਵਾਰਦੇ ਆ ਤੇ ਅਸੀਂ ਉਹਨਾਂ ਵੱਲ ਵੀ ਤਿਆਰ ਕੀ ਪਰ ਰੱਖਦੇ ਆ ਜੀ ਸਾਡੇ ਫਾਰਮ ਬਹੁਤ ਸਿਆਣੇ ਨੇ ਅਗੇ ਰਾਓ ਔਰ ਹੋ ਰਿਹਾ ਜੀ ਹੋ ਰਿਹਾ ਜੀ ਹੋ ਰਿਹਾ ਅਸੀਂ ਹੋਰ ਮੈਸੇਜ ਦੇ ਰਹੇ ਆ ਵੀ ਸਾਰੇ ਕਰੋ ਜੀ ਸੁਚੱਜਾ ਢੰਗ ਉਹਨਾਂ ਦੇ ਰਹਿਣ ਲਈ ਵੀ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਨੂੰ ਤਾਂ ਬੜਾ ਸਵਾਰਦੇ ਆ ਤਾਂ ਜਿਨ੍ਹਾਂ ਤੋਂ ਅਸੀਂ 4 ਪੈਸੇ ਕਮਾਉਨੇ ਆ ਜਿਨ੍ਹਾਂ ਦਾ ਦੁੱਧ ਪੀਣਾ ਹੈ ਉਹਨਾਂ ਦੇ ਰਹਿਣ ਵਾਸਤੇ ਵੀ ਸੋਨਾ ਬਣਾਈਏ ਸੋ ਮੈਨੂੰ ਉੱਥੋਂ ਗੱਲ ਯਾਦ ਆ ਗਈ ਆ ਆ ਹੁਣ ਮੌਸਮ ਜਿੱਦਾਂ ਸ਼ੁਰੂ ਹੋ ਗਿਆ ਗਰਮੀ ਦਾ ਤਾਂ ਵਿਚ ਵਿਚ ਆ ਹੁਣ ਥੋੜੀ ਜਿਹੀ ਬਰਸਾਤ ਟਾਈਪ ਕਣਮਣ ਵੀ ਹੋਈ ਜਾ ਮਿੱਠਾ ਹੋਈ ਜਾ ਉਹ ਹੀ ਆ ਉਹ ਗਾਂ ਆ ਜਾਣੇ ਦੇ ਨਾ ਹਾਂਜੀ ਗਾਂ ਦੇਣਾ ਆ ਜਾਣੇ ਮੌਸਮ ਬੜਾ ਚਿਪਚਿਪਾ ਜਿਹਾ ਤਾਂ ਜਿੱਦਾਂ ਦੱਸਿਆ ਕਈ ਤਾਂ ਬਹੁਤ ਇੰਟਰਸਟ ਲੈਂਦੇ ਆ ਬੜੀ ਦਿਲਚਸਪੀ ਲੈਂਦੇ ਆ ਵਧੀਆ ਉਹਨਾਂ ਦੇ ਛੱਡ ਢਾਰੇ ਬਣਾਉਂਦੇ ਆ ਤੇ ਕਈ ਮੇਰੇ ਅਰਗ ਜਿਹੜੇ ਅਖੜ ਜੇ ਆ ਉਹ ਤੁਹਾਡੀਆਂ ਗੱਲਾਂ ਤੇ ਜ਼ਿਆਦਾ ਅਮਲ ਨਹੀਂ ਕਰਦੇ ਮੈਂ ਤਾਂ ਜਿਹੜਾ ਬੜੀ ਸਪਸ਼ਟ ਜੀ ਗੱਲ ਕਰ ਦੇਣਾ ਹੁਣ ਆਇਆ ਵੀ ਪਰਦੇ じゃ ਪਾਈ ਆਮ ਆਪਣੇ ਤੇ ਥੋੜਾ ਅਮਲ ਕਰਨਾ ਪਰ ਅਸੀਂ ਤੇ ਸਦੀ ਦੇ ਮਾਹਰ ਇਸ ਕਰਕੇ ਆ ਨਾ ਵੀ ਅਸੀਂ ਅਮਲ ਕਰੀਏ ਹਾਂ ਉਹ ਵੀ ਸਾਡੇ ਫਾਰਮੂਲੇ ਨੂੰ ਜੋੜ ਸਲਾਹ ਤੇ ਇਸੇ ਕਰਕੇ ਲੈਣੀ ਆ ਇਹ ਮੈਂ ਹੁਣ ਸੱਚ ਦੱਸਦਾ ਨਹੀਂ ਨਹੀਂ ਮੈਂ ਹੀ ਨਹੀਂ ਕਹਿੰਦਾ ਪਿਆ ਤੁਸੀਂ ਗੱਲ ਝੂਠ ਦੱਸਦੇ ਪਿਆ ਮੈਂ ਤੇ ਤੁਹਾਨੂੰ ਵੀ ਕਹਿਣਾ ਪਿਆ ਬਾਕੀਆਂ ਨੂੰ ਵੀ ਕਹਿਣਾ ਪਿਆ ਵੀ ਇਹਨਾਂ ਨੂੰ ਸੱਦਨ ਦਾ ਸਾਡੇ ਫਾਇਦਾ ਇਹੋ ਹੀ ਹੁੰਦਾ ਵੀ ਅਸੀਂ ਇਹਨਾਂ ਨੂੰ ਇਹਨਾਂ ਨੂੰ ਸੁਣੀਏ ਤੇ ਉਹਦੇ ਤੇ ਅਮਲ ਕਰੀਏ ਅੱਛਾ ਤੁਹਾਡਾ ਸਵਾਲ ਮੈਂ ਵਿੱਚ ਰਹਿਣ ਦਿੱਤਾ ਮੈਨੂੰ ਮਾਫ਼ ਕਰਨਾ ਇੱਕ ਫੋਨ ਕਾਲ ਆ ਗਈ ਆ ਅੱਛਾ 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 ਮੈਂ ਫੇਰ ਤੁਸੀਂ ਸਵਾਲ ਪੁੱਛ ਲਈ ਠੀਕ ਹੈ ਜੀ ਹੈਲੋ ਜੀ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿੱਦਾਂ ਪਾ ਸਾਇਆ ਰੱਖਿਆ ਉਹਨਾਂ ਨੇ ਗਰਮੀ ਦੇ ਗਾ ਮਾਸੂਮ ਬੱਚਾ ਦਾ ਗਰਮੀ ਹੋਣੀ ਤੇ ਉਹ ਛੱਡ ਦੇ ਲਈ ਕਿੱਥੇ ਰੱਖਣ ਵਾਸਤੇ ਕੀ ਇਂਤਜ਼ਾਮ ਕਰਨਾ ਇਹਨਾਂ ਨੇ ਨਾਂ ਜੇ ਨਹੀਂ ਆਪਾਂ ਦੱਸਿਆ ਵੀ ਗਰਮੀਆਂ ਦੇ ਕਰਕੇ ਵੀ ਪਸ਼ੂ ਦੇ ਰੱਖ ਰਖਾਅ ਕਿਵੇਂ ਕਰਨਾ ਹਾਂ ਜੀ ਗਰਮੀ ਨੇ ਵੇਖੀ ਤਾਂ ਖੈਸ ਨੂੰ ਜ਼ਿਆਦਾ ਗਰਮੀ ਗਰਮੀ ਜ਼ਿਆਦਾ ਗਰਮੀ ਨਾਲੋਂ ਵਧੂ ਜੀ ਤਾਂ ਕੋਈ ਛੱਡ ਦੇ ਉੱਪਰ ਜਿਹੜੀ ਖਾਂ ਆਪਣੇ ਠੰਡਾ ਵਾਸਤੇ ਕੀ ਹਾਂ ਹਾਂ ਗਰਮੀ ਵਧੇਗੀ ਤਾਪਮਾਨ ਘਟਾਣਾ ਹੀਟ ਸਟ्रेस ਜਿਹੜੀ ਹੋ ਜਾਂਦੀ ਆ ਉਹ ਹੋ ਜਾਂਦੀ ਆ ਕਿਸਾਨ ਵੀ ਲੋ ਉਹਦੇ ਵਾਸਤੇ ਇਹ ਆ ਕਿ ਤੁਸੀਂ ਘਟੋ ਘਟ ਪੱਖੇ ਲਾਓ ਫੋਗਰ ਲਾਓ ਜਿਨ੍ਹਾਂ ਦਾ ਹੀ ਆਪਾਂ ਨੂੰ ਫੁਹਾਰ ਆਏਗਾ ਪਾਣੀ ਦਾ ਉਸ ਤੋਂ ਇਲਾਵਾ 쿨ਿੰਗ ਸਿਸਟਮ ਲੱਗ ਜਾਂਦਾ ਫੇ ਆਪਣੀ ਛੱđa ਥੱਲੇ ਨਿੱਟ ਲੋਣਾ ਲੱਗ ਜਾਂਦੀਆਂ ਉਹਨਾਂ ਟੈਂਪਰੇਚਰ ਘਟ ਜਾਂਦਾ ਜੀ ਜੀ ਸੋ ਆਪਣਾ ਟੈਂਪਰੇਚਰ ਨਹੀਂ ਵਧੇਗਾ ਪੱਖੇ ਲਾਓ ਤੇ ਆਪਣਾ ਉਹ ਰੂਮ ਟੈਂਪਰੇਚਰ ਉਹਦਾ ਟੈਂਪਰੇਚਰ ਸਹੀ ਹੋ ਜਾਏਗਾ ਆਪਣੇ ਨੋਰਮਲ ਟੈਂਪਰੇਚਰ ਤੇ ਆ ਜਾਊਗਾ ਕਿਉਂਕਿ ਗਰਮੀਆਂ ਦੇ ਵਿੱਚ 40 ਤੋਂ ਲੈ ਕੇ 47% ਡਿਗਰੀ ਸੈਂਟੀਲ ਤੱਕ ਵੀ ਇਹ ਸੈਂਟੀਲ ਤੱਕ ਟੈਂਪਰੇਚਰ ਹੋ ਜਾਂਦਾ ਸੋ ਜਦੋਂ ਆਪਾਂ ਉੱਚ ਫੁਆਰੇ ਲਾਦਾਂਗੇ ਪੱਖੇ ਲਾਦਾਂਗੇ ਤੋਂ ਤਾਪਮਨ ਥੱਲੇ ਆ ਜਾਏਗਾ ਠੀਕ ਸਿੱਧੀ ਜੀ ਗੱਲ ਆ ਚੋਈ ਸਾਹਿਬ ਆਪ ਉੱਥੇ ਅੱਧਾ ਘੰਟਾ ਖੜੇ ਹੋ ਜਾਓ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹੈਨਾ ਦੇਖੋ ਤੁਹਾਨੂੰ ਗਰਮੀ ਲੱਗਦੀ ਕਿ ਨਹੀਂ ਲੱਗਦੀ ਜੇ ਸਾਨੂੰ ਲੱਗਦੀ ਆ ਤੇ ਪਸ਼ੂ ਨੂੰ ਵੀ ਲੱਗਦੀ ਪਰ ਮਿੱਤਾ ਸਾਹਿਬ ਜਿਹੜੇ ਸਾਡੇ ਛੱਡ ਹਨਾ ਜੀ ਮਾਡਰਨ ਅਸੀਂ ਤੁਹਾਨੂੰ ਸਾਈਂ ਦੱਸਿਆ ਜੋ ਗੁੜਵਾਸੂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਉਸ ਨਾਲ ਸਾਡਾ ਡਿਪਾਰਟਮੈਂਟ ਤਿਆਰ ਕਰਵਾਉਂਦਾ ਤੇ ਬਹੁਤ ਹੀਟ ਸਟ੍ਰੈਸ ਘਟ ਜਾਂਦਾ ਜੀ ਵਾਹ ਵਾਹ ਬਹੁਤ ਜਲਦੀ ਇਹਨਾਂ ਦੀ ਗੱਲ ਤੇ ਅਮਲ ਕਰਨ ਤਾਂ ਜਿਹੜੇ ਛੱਡ ਬਣਾਉਣੇ ਆ ਮੈਂ ਇਸੇ ਕਰਕੇ ਅਰਜ਼ੀ ਕੀਤੀ ਜੀ ਹੁਣ ਪੁੱਛੋ ਕੀ ਪੁੱਛਣਾ ਉਹ ਗੱਲ ਆ ਗਈ ਸੱਚ ਕਹਾ ਤਾਂ ਭਾਂਬੜ ਮਚਦਾ ਏ ਮੈਨੂੰ ਹੁਣ ਕਹਿ ਬੈਠਾ ਹੁਣ ਮੈਨੂੰ ਤੁਸੀਂ ਖ ਯਾ ਜਿਹੜਾ ਮੌਸਮ ਮੈਂ ਮਿੱਠਾ ਸਿੰਘ ਹੁਣ ਵੀ ਦੱਸਿਆ ਤੁਸੀਂ ਵੀ ਦੱਸਿਆ ਵੀ ਹੁਣ ਬੜਾ ਗਰਮੀ ਦਾ ਆਗਾ ਚਿਪਚਿਪਾ ਜਿਹਾ ਵੀ ਹੋ ਜਾਣਾ ਜਦੋਂ ਮੈਂ ਅਰਜ਼ ਕੀਤੀ ਆ ਜਿਹੜੇ ਚਿਚੜ ਆ ਨਾ ਹਾਂਜੀ ਹਾਂਜੀ ਇਹ ਹੁਣ ਜਿਹੜੇ ਲਵੇਰਿਆਂ ਨੂੰ ਤਾਂ ਲੱਗਦੇ ਲੱਗਦੇ ਬੱਚੇ ਜਿਹੜੇ ਕਈ ਪਸ਼ੂ ਉਹਨਾਂ ਨੂੰ ਵੀ ਬੜਾ ਚੰਬੜ ਤੇ ਬੜਾ ਪਰੇਸ਼ਾਨੀ ਦਾ ਇੱਕ ਕਾਰਨ ਬਣਦੇ ਆ ਸੋ ਇਹਨਾਂ ਤੋਂ ਕਿੱਦਾਂ ਨਜਾਤ ਪਾ ਸਕਦੇ ਸਾਡੇ ਪਸ਼ੂ ਕਿੱਦਾਂ ਬਚ ਸਕਦੇ ਹਾਂ ਜੀ ਚੌਧਰੀ ਸਾਹਿਬ ਬੜਾ ਵਧੀਆ ਕੁਐਸਚਨ ਕੀਤਾ ਬੜਾ ਸਿੰਪਲ ਜਿਹਾ ਕੰਮ ਆ ਆਪਾਂ ਸ਼ੁਰੂ ਤੋਂ ਕਰਦੇ ਵੀ ਆਏ ਹਾਂ ਪਰ ਹੋਰ ਥੋੜਾ ਜਿਹਾ ਆਪਾਂ ਮਾਡਰਨ ਤਰੀਕੇ ਨਾਲ ਕਰ ਲਈਏ ਇੱਕ ਤਾਂ ਜਿਹੜੀ ਛੜ ਆ ਮਹੀਨੇ 'ਚ ਦੋ ਵਾਰੀ ਫਰਨੈਲ ਨਾ ਧੋਣੀ ਆ ਜੀ ਹਮ ਅੱਛਾ ਐਨ ਸਾਫ ਹੈ ਜਦੋਂ ਆਪਾਂ ਕਹਿ ਆਪ ਸਫਾਈ ਰੱਖਣੀ ਆ ਪਾਣੀ ਨਹੀਂ ਖੜਾ ਹੋਣ ਦੇਣਾ ਤੋ ਆਪਣਾ ਇਹ ਕਾਫੀ 50% ਆਪਾਂ ਬੇਲ ਆਪਾਂ ਛੁਟਕਾਰਾ ਪਾ ਲਾ ਗਏ ਉਸ ਤੋਂ ਇਲਾਵਾ ਜਿਹੜੇ ਪਸ਼ੂ ਨੂੰ ਹੋ ਜਾਂਦਾ ਮੈਲੋਥੀਨ ਦੇ ਤੁਸੀਂ 0.5% ਕੋਲ ਉਹ ਤੁਸੀਂ ਲਾਓ ਤੇ ਉਹਦੀ ਅੱਖਾਂ ਤੋਂ ਪਸੂਆਂ ਤੋਂ ਮੂੰਹ ਤੋਂ ਧਿਆਨ ਰੱਖੋ ਤੇ 15 ਦਿਨਾਂ ਦਾ ਫੇਰ ਰਿਪੀਟ ਕਰ ਲਓ ਤੇ ਆਪਾਂ ਨੂੰ ਇਹ ਸ਼ੁਰਕਾਰਾ ਮਿਲ ਸਕਦਾ ਇਸ ਤੋਂ ਇਲਾਵਾ ਮੱਖੀ ਮੱਛਰ ਵਾਸਤੇ ਆਪਾਂ ਨੈਟ ਯੂਜ਼ ਕਰ ਸਕਦੇ ਗਰਮੀਆਂ ਦੇ ਵਿੱਚ ਤੇ ਉਹਦੇ ਨਾਲ ਹੋ ਸਾਡੇ ਛੱਡ ਦੇ ਵਿੱਚ ਮੱਖੀ ਮੱਛਰ ਘਟ ਜਾਂਦਾ ਘਟ ਜਾਂਦਾ ਡਾਕਟਰ ਸਾਹਿਬ ਆਪਾਂ ਜਾਰੀ ਰੱਖਾਂਗੇ ਇਸ ਗੱਲਬਾਤ ਨੂੰ ਇੱਕ ਟੈਲੀਫੋਨ ਆ ਗਿਆ ਆਪਾਂ ਉਹਨਾਂ ਨੂੰ ਸੁਣ ਲਈਏ ਹੈਲੋ ਜੀ ਚਾਚਰੀ ਸਾਹਿਬ ਚਾਚਰੀ ਕਾਲ ਜੀ ਗਿਆਨ ਸਿੰਘ ਖੰਡਾ ਪਿੰਡ ਲੋਹੜ ਜਿਹੜਾ ਪ੍ਰੋਜੈਕਟ ਹੋ ਰਿਹਾ ਹੈ ਜੀ ਗਿਆਨ ਸਿੰਘ ਜੀ ਕੀ ਸੋ ਸਰ ਇਹਨਾਂ ਦਾ ਮੇਰਾ ਸਵਾਲ ਹੈ ਜਿਹੜਾ ਛੱਡਵਾ ਇਹ ਜਿੰਨ ਦੇ ਨਾਲ ਉੱਤੇ ਚਾਹੀਦਾ ਤੇ ਦੂਸਰਾ ਗਰਮੀਆਂ ਨੂੰ ਜਿਹੜਾ ਮੂਹ ਜਿਹੜੇ ਬੰਦੇ ਜਿਹਦਾ ਛੱਡਦਾ ਇਹ ਇੱਕ ਸਵਾਲ ਇਹ ਕਿਉਂ ਹੋ ਰਿਹਾ ਕਿ ਘਲ ਤੋਂ ਦੂਰ ਜੀਏ ਸਾਡੇ ਜਿਹੇ ਲੋਹੇ ਆਏ ਉਹ ਉੱਪਰ ਲਗਾਉਣਾ ਚਾਹੀਦੇ ਤੇ ਜਿੰਨ ਦੇ ਨਾਲ ਦਰ ਲਾਉਣੇ ਚਾਹੀਦੇ ਹਨ ਆਵਾਜ਼ ਮਿਹਰਬਾਨ ਜੀ ਚਲੋ ਹਾਂ ਜੀ ਦੇਖੋ ਜੀ ਪਹਿਲਾਂ ਤੁਸੀਂ ਕੁਐਸਚਨ ਕੀਤਾ ਵੀ ਆਪਾਂ ਗਰਮੀਆਂ ਦੇ ਵਿੱਚ ਕਿੱਦਾਂ ਤਿਆਰ ਰੱਖਣਾ ਉਹ ਤੁਹਾਨੂੰ ਦੱਸਤਾ ਵੀ ਤੁਸੀਂ ਛੱਡ ਦੇ ਵਿੱਚ ਪੱਖੇ ਲਾ ਲਓ ਤੁਹਾਡਾ ਘਟ ਜਾਏਗਾ ਫੇਰ ਤੁਸੀਂ ਗੱਲ ਕੀਤੀ ਵੀ ਜਿਹੜੇ ਆਪਣੇ ਗਲ ਘੋਟ ਦੇ ਟੀਕੇ ਆ ਇਹ ਆਪਣੇ ਨੇੜੇ ਵਾਲੀ ਸਰਕਾਰੀ ਡਿਸਪੈਂਸਰੀ ਵਿੱਚ ਜਾਓ ਤੇ ਤੁਹਾਡੇ ਇਹ ਲੱਗਣੇ ਸ਼ੁਰੂ ਹੋਣ ਲੱਗ ਜਾਣੇ ਆ ਬਰਸਾਤਾ ਸ਼ੁਰੂ ਹੋ ਗਿਆ ਤੇ ਤੁਸੀਂ ਉਤੋਂ ਆਪਣਾ ਰਾਹਤ ਪਾ ਲਓ। ਹਾਂ ਕੋਈ ਕਹੌਲ ਨਾ ਕਰੋ। ਹਾਂਜੀ। ਆ ਕੋਹਲ ਨਾ ਕਰੋ। ਕੋਹਲ ਨਾ ਕਰੋ ਤੋ ਰਾਹ ਜਰੂਰ ਪਾ ਲਓ। ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਫੇਰ ਮਤਲਬ ਕੱਲੇ ਪਿਸਤੋਣਾ ਜਿਹੜਾ ਵੇਲੇ ਦਾ ਕੰਮ ਤੇ ਡਾਕਟਰ ਗੱਲ ਹੀ ਹੁੰਦੀ ਹੈ ਵੀ ਜਿਵੇਂ ਚੌਦੀ ਸਾਹਿਬ ਤੁਹਾਨੂੰ ਕੁੱਛਦੇ ਪਏ ਸੀ ਚੇਚੜਾਂ ਦੀ। ਹਾਂ ਚੇਚੜਾਂ ਦੀ। ਗੱਲ ਸੀਗੀ ਕਿ ਇਹ ਤੁਸੀਂ ਬੜੇ ਦੱਸਿਆ ਵੀ ਸਾਫ ਸਫਾਈ ਦਾ ਧਿਆਨ ਰੱਖੀਏ। ਇੱਕ ਦੋ ਗੱਲਾਂ ਹੋ ਰਹੀਆਂ ਇਹਦੇ ਬਾਰੇ ਮੈਂ ਤੁਹਾਡੇ ਨਾਲ ਪਹਿਲੇ ਫੋਨ ਕਾਲ ਇੱਕ ਆ ਗਈ ਆ। ਇਹਨਾਂ ਦਾ ਵੀ ਸਵਾਲ ਆਪਾਂ ਸੁਣ ਲਈ। ਸੁਣ ਲਓ। ਹੈਲੋ ਜੀ। ਅੰਜੀ ਸਸਕੀ ਕਾ ਜੀ ਰਵਿਕਾਂਤ ਬੋ ਰਿਹਾ ਪਿੰਡ ਮਿਹਾਲਕੜਾ ਜ਼ਿਲ੍ਹਾ ਫਾਜ਼ਿਲਕਾ ਤੋਂ ਜੀ ਰਵਿਕਾਂਤ ਜੀ ਮੇਰਾ ਡਾਕਟਰ ਸਾਹਿਬ ਨੂੰ ਇੱਕ ਸਵਾਲ ਹੈ ਕਿ ਡਾਕਟਰ ਸਾਹਿਬ ਜਿੱਦਾਂ ਦੱਸਰੇ ਨੇ ਕਿ ਵੀ ਆਪਾਂ ਛੱਡਾ ਦਾ ਪ੍ਰਬੰਧ ਤਾਂ ਕਰ ਲੈਂਦੇ ਆ ਪਰ ਬਹੁਤੇ ਕਿਸਾਨ ਵੀਰਾਂ ਕੋਲ ਜਿੱਦਾਂ ਦੀ ਜਗ੍ਹਾ ਦੀ ਕਮੀ ਐ ਜਾਂ ਕੋਈ ਹੋਰ ਪ੍ਰੋਬਲਮਸ ਨੇ ਜਿਹੜੇ ਕਰਕੇ ਅਸੀਂ ਉਹ ਜੱਜ ਜੱਟ ਜਿਹੜਾ ਹੈਗਾ ਆਪਣੇ ਸ਼ੈੱਡ ਨਹੀਂ ਬਣਾ ਸਕਦੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਸ਼ੈੱਡ ਬਣੇ ਹੋਏ ਨੇ ਜਾਂ ਛੱਪਰ ਬਣੇ ਹੋਏ ਨੇ ਮੈਂ ਇਹ ਚਾਹੁੰਦਾ ਕਿ ਕੀ ਸਾਡੇ ਕੋਲ ਡਾਕਟਰ ਸਾਹਿਬ ਇਹ ਦੱਸੇ ਜਾਣ ਕਿ ਕੋਈ ਅਜਿਹਾ ਖੁਰਾਕੀ ਪ੍ਰਬੰਧ ਸਾਨੂੰ ਦੱਸੋ ਜਿਹੜਾ ਫਸੂਨ ਨੂੰ ਜਿੰਨੀ ਗਰਮੀ ਲੱਗੇ ਹੀ ਨਾ ਜੀ ਜਿੱਦਾਂ ਆਪਾਂ ਸਰਦੀਆਂ ਦੇ ਵਿੱਚ ਆਪਣੇ ਇਨਸਾਨਾਂ ਤੇ ਲੈ ਲੈਨੇ ਆਂ ਵੀ ਆਪਾਂ ਠੰਡਾਈ ਪੀ ਲੈਨੇ ਆਂ ਜਾਂ ਕੋਈ ਹੋਰ ਚੀਜ਼ਾਂ ਖਾਣੇ ਆ ਤੇ ਉਹ ਖੁਰਾਕੀ ਪ੍ਰਬੰਧ ਦੱਸਿਆ ਜਾਵੇ ਸਾਨੂੰ ਜਿਹਦੇ ਨਾਲ ਸਾਡੇ ਸਾਰੇ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ ਧੰਨਵਾਦ ਠੀਕ ਹੈ ਜੀ ਕਿਸਾਨ ਵੀਰੋ ਇੱਕ ਆਪਣੇ ਰਵੀ ਜੀ ਨਾਮ ਸੀ ਰਵਿਕਰ ਰਵਿਕਰ ਜੀ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਗਰਮੀਆਂ ਦੇ ਵਿੱਚ ਆਪਾਂ ਪੱਠਾ ਕਿਹੋ ਜਿਹਾ ਪਾਉਣਾ ਬੜਾ ਸਿੰਪਲ ਜਿਹਾ ਕੁਐਸਚਨ ਆ ਵੀ ਤੁਸੀਂ ਇੱਕ ਤਾਂ ਪਾਣੀ ਦਾ ਉਹਨਾਂ ਨੂੰ ਵੱਧ ਵੱਧ ਧਿਆਨ ਦੇਣਾ ਆਪਣਾ ਪਸ਼ੂ ਨੂੰ ਜਿਵੇਂ ਕਿ ਪਾਣੀ ਲੋਡ ਆ ਹਰੀਖ ਦੀ ਬਾਡੀ ਨੂੰ ਪਸ਼ੂ ਨੂੰ ਬਹੁਤ ਜ਼ਿਆਦਾ ਲੋਡ ਆ ਭਾਰ ਜ਼ਿਆਦਾ ਹੋਣ ਕਰਕੇ ਤੇ ਨਾਲ ਹਰੇ ਪੱਠਾ ਬਤਾਓ ਨਾਲ ਸਾਈਲੇਜ ਬਤਾਓ ਉਹ ਤਾਂ ਜੋ ਕਿ ਤੁਹਾਡਾ ਉਹ ਜਿਹੜਾ ਹੀਟ ਸਟ्रेस ਆ ਜਿਹਦੇ ਕਰਕੇ ਦੁੱਧ ਘਟਣ ਦੇ ਚਾਂਸ ਆ ਉਹ ਆਪਣੇ ਘਟ ਜਾਣਗੇ ਹੂੰ ਹੂੰ ਸੋ ਹਰੇ ਪੱਠੇ ਵਾਲੇ ਕੋਈ ਮਤਲਬ ਕਿ ਇਹ ਨਹੀਂ ਹੈ ਕੋਈ ਦਵਾਈ ਆ ਵੀ ਆਪਾਂ ਨੂੰ ਗਰਮੀ ਨਹੀਂ ਲੱਗੂਗੀ ਪਰ ਆਪਾਂ ਨੂੰ ਧਿਆਨ ਹੀ ਦੇਣਾ ਪੈਣਾ ਜਦੋਂ ਆਪਣਾ ਰੂਮ ਟੈਂਪਰੇਚਰ ਹਾਂ ਇਹਨਾਂ ਨੇ ਗੱਲ ਕੀਤੀ ਵੀ ਸ਼ੈੱਡ ਸ਼ੈੱਡ ਸਾਡੇ ਕੋਲ ਆਮ ਨਹੀਂ ਵਧੀਆ ਹੈਗੇ ਉਹ ਚ ਕੀ ਕੀਤਾ ਜਾਵੇ ਹਵਾਦਾਰ ਕਰ ਦਿਓ ਜੇ ਮੰਨ ਲਓ ਤੁਸੀਂ ਸਰਦੀਆਂ 'ਚ ਕਿਤੇ ਪੱਲੀਆਂ ਲਾਈਆਂ ਹੋਈਆਂ ਤੇ ਉਹ ਖੋਲ੍ਹ ਦਿਓ ਕੋਈ ਕਿਤੇ ਇੱਟਾਂ ਲਾਈਆਂ ਹੁੰਦੀ ਆਪਾਂ ਉਹਨਾਂ ਨੂੰ ਹਵਾਦਾਰ ਬਣਾ ਦਿਓ ਜੇ ਕਿਤੇ 'ਚ ਰੋਖਾ ਨਹੀਂ ਹੈਗਾ ਰੋਸ਼ਣਦਾਰ ਤੇ ਉਹ ਕੱਢ ਦਿਓ ਜੋ ਕਿ ਆਪਣਾ ਘੱਟੋ ਘੱਟ ਉਹ ਛੱਡ ਜਿਹੜਾ ਹਵਾਦਾਰ ਹੋ ਜਵੇ ਤੇ ਜਿਹੜਾ ਖੁਰਾਕੀ ਤਤ ਆ ਉਹ ਤਾਜ਼ਾ ਦਿਓ ਤੇ ਆਪਣਾ ਹੀ ਆਪਣਾ ਇਸ ਪ੍ਰੋਬਲਮ ਤੋਂ ਰਾਹਤ ਪਾਓ ਵੀ ਜੇ ਜਿਆਦਾ ਕਿਸੇ ਨੂੰ ਸਮਝਿਆ ਵੀ ਜਗ੍ਹਾ ਨਹੀਂ ਹੈਗੀ ਛੱਡ ਤੇ ਡਾਕਟਰ ਸਾਹਿਬ ਮੇਰੀ ਜਾਚੇ ਫਿਰ ਆਪਾਂ ਜੇ ਬਾਹਰ ਵੀ ਬੰਦਿਆ ਤੇ ਲੂ ਵਗਦੀ ਹੋਵੇ ਉਦੋਂ ਧਿਆਨ ਰੱਖ ਲਈਏ ਉਦੋਂ ਧਿਆਨ ਰੱਖ ਲਈਏ ਹਾਂ ਬਿਲਕੁਲ ਬਿਲਕੁਲ ਹਾਂ ਕਿਉਂਕਿ ਜਿਆਦਾ ਲੂ ਲੱਗੇ ਤਾਂ ਹੀ ਪਸ਼ੂ ਬਿਮਾਰ ਹੁੰਦਾ अच्छा डॉक्टर साहब वो ਗੱਲ ਚੱਲਦੀ ਵੀ ਸੀ ਚੌਧਰੀ ਸਾਹਿਬ ਦੀ ਜਿੱਚੜਾਂ ਦੀ ਗੱਲ ਜਿੱਚੜਾਂ ਦੀ ਤੇ ਉਹ ਦਵਾਈ ਵੀ ਤੁਸੀਂ ਦਸੀ ਐ ਮੈਲਾਜੀਆਂ ਨਾ ਹੈਨਾ ਇਹ ਜਿੱਚੜ ਜਿਹੜੇ ਆ ਇਹ ਆ ਕਿੱਥੋਂ ਜਾਂਦੇ ਆ ਸਰ ਜਦੋਂ ਆਪਣੇ ਫਰਸ਼ ਨਹੀਂ ਹੁੰਦੇ ਸਾਫ਼ ਨਹੀਂ ਹੁੰਦੇ ਹਾਂ ਗੰਦੀ ਤਾਂ ਇਹ ਮਸਟਾਈਟਸ ਵੀ ਉੱਥੇ ਆਉਂਦੀ ਆ ਜੀ ਹਾਂ ਥਣ ਦੇ ਵਿੱਚੋਂ ਲਹੂ ਆਉਣਾ ਜਾਂ ਮਸਟਾਈਟਸ ਮਾਰੀ ਹੋਣੀ ਉੱਥੇ ਆਉਂਦੇ ਜੀ ਅ ਤਰੇੜਾਂ ਜੀਆਂ ਜੜੀਆਂ ਹੁੰਦੀਆਂ ਬੜੀ ਤੋਂ ਸੀ ਦੇਖੋ ਇਹ ਗੱਲਾ ਛੋਟੀ ਸਮਝਦੇ ਛੱਡ ਛੱਡ ਇੱਕ ਬਹੁਤ ਪਾਰ ਬਹੁਤ ਵੱਡਾ ਪਾਰਟ ਹੈ ਉਹਦੀ ਹੈਲਥ ਉਹਦਾ ਦੁੱਧ ਹਾਂ ਉਹਦੇ ਆ ਬਾਡੀ ਪਾਰਟ ਬਹੁਤ ਕੁਝ ਖੁਰ ਨਹੀਂ ਖਰਾਬ ਹੋਣਗੇ ਥਣ ਨਹੀਂ ਖਰਾਬ ਹੋਣਗੇ ਛੱਡ ਤੱਕ ਅਹਿਮ ਚੀਜ਼ ਹੈ ਜੀ ਫਰਸ਼ ਜੀ ਜੀ ਹੁਣ ਉਹਦਾ ਫਰਸ਼ ਸਹੀ ਹੋਏਗਾ ਤੇ ਕਿੱਥੋਂ ਆ ਜਾਣਗੇ ਜੀ ਸਫਾਈ ਹੋਏਗੀ ਮਹੀਨੇ 'ਚ ਦੋ ਵਾਰੀ ਫਰਨੈਲ ਉਛੜਕਾਈ ਜਾਏਗੀ ਸਾਫ ਸਫਾਈ ਮਤਲਬ ਉਹਦੇ ਨਾਲ ਜ਼ਿਆਦਾ ਧਿਆਨ ਦੇਣਾ ਸਾਫ ਸਫਾਈ ਹੈ ਮਿੱਠਾ ਸਿੰਘ ਦੀ ਗੱਲ ਹੈ ਨਾ ਕਿ ਵੀ ਆਮ ਬੰਦਾ ਹੁਣ ਇੰਨੇ ਪੈਸੇ ਵੀ ਨਹੀਂ ਖਰਚ ਸਕਦਾ ਉਹ ਵੀ ਸਹੀ ਹੈ ਸਾਡਾ ਜਿਹੜੇ ਰਵੀ ਕਾਂਜ ਹੋਣੀ ਜੀ ਵੀ ਕਿਹਾ ਜੀ ਜੀ ਨਹੀਂ ਜਗ੍ਹਾ ਵੀ ਨਹੀਂ ਹੁੰਦੀ ਜਗ੍ਹਾ ਨਹੀਂ ਹੁੰਦੀ ਤੇ ਉੱਥੇ ਤਾਂ ਪਰ ਇਹ ਹੀ ਆ ਵੀ ਆਪਣਾ ਇੱਕ ਫਰਜ਼ ਬਣਦਾ ਵੀ ਸਾਫ ਸਫਾਈ ਰੱਖੀਏ ਜਿੱਦਨ ਤੁਸੀਂ ਕਿਹਾ ਵੀ ਲੂਪ ਵਗਦੀ ਆ ਉੱਥੇ ਪਸ਼ੂ ਨੇ ਕੋ ਸ਼ਾਨਦਾਰ ਦਰਖਤ ਲਾਇਆ ਹੋ ਬਿਲਕੁਲ ਬਿਲਕੁਲ ਉਹਨਾਂ ਨੂੰ ਨਵਾ ਜਾਵੇ ਬਿਲਕੁਲ ਬਿਲਕੁਲ ਅੱਛਾ ਸਾਡਾ ਵੀ ਖਿਆਲ ਰੱਖਣਾ ਚਾਹੀਦਾ ਡਾਕਟਰ ਸਾਹਿਬ ਗੱਲ ਇਹ ਹੁੰਦੀ ਆ ਵੀ ਜਦੋਂ ਮੌਸਮ ਬਦਲਦਾ ਤੇ ਸਰਦੀਆਂ ਤੋਂ ਬਾਅਦ ਇਹ ਆ ਤੇ ਸਾਨੂੰ ਵੀ ਬਹੁਤ ਲੱਗਦੀ 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 ਹੈਨਾ ਅਜੇ ਪੌਣੇ ਘੰਟੇ ਬਾਅਦ ਹੀ ਬਾਜ਼ ਮਾਰੀ ਆ ਤਰੀ ਲੱਗੀ ਆ ਹਾਂ ਬੜੀ ਲਿਆ ਬਈ ਤੇ ਪਸ਼ੂਆਂ ਨੂੰ ਵੀ ਤੇ ਫਿਰ ਇਹ ਮਤਲਬ ਇਹ ਤਾਂ ਆਸ ਲੱਗਦੀ ਆ ਬਹੁਤ ਹੀ ਅਹਿਮ ਸਵਾਲ ਪੁੱਛਿਆ ਤੁਸੀਂ ਜਿਹੜਾ ਆਪਣਾ ਇਹ ਪਾਣੀ ਆ ਆਪਾਂ ਇਹਨੂੰ ਕੋਈ ਖਰਾਕ ਨਹੀਂ ਮੰਨਦੇ ਪਰ ਹੈ ਸਭ ਤੋਂ ਉੱਪਰ ਹਾਂ ਤੁਸੀਂ ਇਹ ਦੇਖ ਲਓ ਵੀ ਆਪਾਂ ਪਾਣੀ ਨਹੀਂ ਨਾ ਪੀਵਾਂਗੇ ਨਹੀਂ ਜੀ ਸਕਦੇ ਹਜੇ ਖਾਣਾ ਨਹੀਂ ਖਾਵਾਂਗੇ ਤਾਂ ਆਪਾਂ ਟਾਈਮ ਕੱਢ ਸਕਦੇ ਆ ਜੀ ਜੀ ਜਿਹੜੀ ਪਾਣੀ ਆ ਇਸ ਸਰੀਰ ਵਿੱਚ ਜਿਹੜਾ ਆਪਣਾ ਵੱਡਾ ਪਸ਼ੂ ਆ ਉਹ ਤੇ 60% ਆ ਜਿਹੜਾ ਛੋਟਾ ਕੱਟਰ ਪਸ਼ੂ ਉਹ ਤੇ 80% ਆ ਹੂੰ ਜਿਹੜਾ ਆਪਾਂ ਦੁੱਧੋਂ ਚੋਂ ਕੱਢਦੇ ਆ ਉਹ ਤੇ 85 ਤੋਂ ਲੈ ਕੇ 88% ਆ ਵਾਹ ਤੇ ਜਦੋਂ ਇੱਕ ਮੱਝਾਂ ਨੂੰ ਦੁੱਧ ਪੈਦਾ ਕਰਨਾ 1 ਲੀਟਰ ਤੇ 5 ਲੀਟਰ ਪਾਣੀ ਚਾਹੀਦਾ ਹਾਂ ਉਹ ਵੀ ਸਾਫ ਤਾਜ਼ਾ ਤੇ ਕਿਵੇਂ ਆਪਣਾ ਜੇ ਆਪਾਂ ਪਾਣੀ ਹੀ ਪ੍ਰੋਪਰ ਦੇ ਦਈਏ ਤਾਂ ਮੈਂਟੇਨ ਕੀਤਾ ਉਹ ਆਪਣੀਆਂ ਬਹੁਤ ਬਿਮਾਰੀਆਂ ਉਹਦਾ ਪੇਟ ਸਾਫ਼ ਹੋ ਗਿਆ ਤੰਦਰੁਸਤ ਪਸ਼ੂ ਹੋ ਗਿਆ ਅੱਖਾਂ ਉਹਦੇ ਚਮਕਣ ਲੱਪੀਆਂ ਬੰਤਾ ਤੋਸ ਬਤਾ ਵਧੀਆ ਹੋ ਗਿਆ ਜੀ ਜੀ ਸਾਡਾ ਤੰਦਰੁਸਤ ਹੋ ਗਿਆ ਤੇ ਸਾਡੇ ਖਰਚੇ ਘਟ ਗਏ ਹਾਂ ਡਾਕਟਰ ਸਾਹਿਬ ਇਹ ਵੀ ਇੱਕ ਤੰਦਰੁਸਤੀ ਦੀ ਨਿਸ਼ਾਨੀ ਹੈ ਜਦੋਂ ਪਸ਼ੂ ਦੀਆਂ ਅੱਖਾਂ ਵਿੱਚ ਡਿਸਕੀਆਂ ਚਮਕਦੀਆਂ ਅੱਖਾਂ ਨੱਖਾਂ ਨੂੰ ਲੋੜਾ ਸਾਡੀ ਕਹਿੰਦਾ ਵੀ ਫਾਰਮਰ ਨੂੰ ਆਪਣੇ ਆਪਣੇ ਪਸ਼ੂ ਦੇ ਮਗਰ ਅੱਗਾ ਪਿੱਛਾ ਦੇਖ ਕੇ ਇੱਕ ਰੌਂਡ ਆਉਣਾ ਚਾਹੀਦਾ ਇੱਕ ਉਤੇ ਪਿੱਠ ਤੇ ਹੱਥ ਮਾਰਨਾ ਚਾਹੀਦਾ ਇੱਕ ਵੈਸੇ ਖੁਸ਼ ਹੋ ਜਾਂਦਾ ਇੱਕ ਅੱਖਾਂ ਜੱਖਾਂ ਪਾ ਕੇ ਤੁਸੀਂ ਪਤਾ ਕਰ ਲਓ ਕਿ ਉਹ ਸਿਹਤ ਕਰਦਾ ਆ ਗੱਲ ਕਦੇ ਦੀ ਆ ਦੇਖੋ ਪਸ਼ੂ ਦੀਆਂ ਵੀ ਅੱਖਾਂ ਜੱਖਾਂ ਪਾ ਕੇ ਦੇਖੋ ਜਿੱਦਾਂ ਕਹਿੰਦੇ ਚਮਕਦੀਆਂ ਹੋਣ ਤੁਹਾਡੇ ਨਾਲ ਮਿਲ ਜਾਣ ਇਹਦਾ ਮਤਲਬ ਪਸ਼ੂ ਜਿਹੜਾ ਹੈ ਖੁਸ਼ ਹੈ ਪਸ਼ੂ ਖੁਸ਼ ਹੋ ਜਾਂਦਾ ਜੀ ਨਿਕਲੋ ਕਿੰਦਾ ਦੀਆਂ ਗੱਲਾਂ ਡਾਕਟਰ ਸਾਹਿਬ ਦੱਸ ਰਹੇ ਆ ਜੀ 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 ਹਾਂ ਬਿਲਕੁਲ ਬਿਲਕੁਲ ਮੈਂ ਤਾਂ ਚਿਚੜਾਂ ਦੀ ਗੱਲ ਹੁਣ ਕਰ ਦਿੱਤੀ ਤੁਸੀਂ ਕਰ ਦਿੱਤੀ ਗਾਂ ਮੈਂ ਪਾਣੀ ਦਾ ਪੁੱਛਿਆ ਦੇਖ ਲਓ ਜੇ ਕੋਈ ਹੋਰ ਪੁੱਛਣਾ ਨਹੀਂ ਤੇ ਮੈਂ ਇੱਥੇ ਬੈਠਾ ਹੀ ਆ ਮੈਂ ਤਾਂ ਪੁੱਛ ਲੈਣਾ ਫਿਰ ਜਿਹੜਾ ਗਰਮੀਆਂ ਵਿੱਚ ਦੁੱਧ ਘਟਦਾ ਹੁਣ ਹਾਂ 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 ਇਹ ਵੀ ਗੱਲ ਸਹੀ ਆ ਜੀ ਦੁੱਧ ਵੀ ਇਹੀ ਆ ਜੀ ਚੋਹੇ ਸਾਹਿਬ ਵਧੀਆ ਕੁਐਸਚਨ ਆ ਜੀ ਜਦੋਂ ਹੀਟ ਸਟ्रेस ਹੋ ਜਾਂਦਾ ਜਦੋਂ ਉਹਨੂੰ ਟੈਂਪਰੇਚਰ ਲੋ ਲੱਗ ਜਾਂਦੀ ਜਾਨਵਰ ਨੂੰ ਉਹ ਗਰਮੀ 'ਚ ਆ ਜਾਂਦਾ ਉਹ ਖਰਾਕ ਉਹਨੂੰ ਘੱਟ ਲੱਗਦੀ ਆ ਤੇ ਦਿਨੋਂ ਦਾ ਦੁੱਧ ਘਟਦਾ ਸੋ ਜਦੋਂ ਆਪਾਂ ਪਹਿਲੇ ਪਾਰਟ ਸਾਰੇ ਸਹੀ ਕਰਾਂਗੇ ਤੇ ਇਹ ਆਪਣੀ ਬਿਮਾਰੀ ਨਹੀਂ ਨਹੀਂ ਆਏਗਾ ਹੁਣ ਅਗਲੀ ਗੱਲ ਜਿਹੜੇ ਇਹ ਕਿਸਾਨ ਵੀਰ ਆ ਸਾਡੇ ਛੱਡਾ ਬਣਾਉਂਦੇ ਸਾਡੇ ਹਿਸਾਬ ਦੀਆਂ ਅਸੀਂ ਸਰਕਾਰ ਸਾਡਾ ਡਿਪਾਰਟਮੈਂਟ ਡੀ ਅਰ ਵਿਕਾਸ ਹਕ ਪੰਜਾਬ ਉਹਨਾਂ ਨੂੰ ਸਹਾਇਤਾ ਦਿੰਦਾ ਹੂੰ 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 ਬਿੱਤੀ ਸਹਾਇਤਾ ਦਿੰਦਾ ਸਬਸਿਡੀ ਪ੍ਰੋਵਾਈਡ ਕਰਦਾ ਜੀ ਜੇ ਉਹ 4 ਲੱਖ ਦੀ ਛੱਡ ਬਣਵਾਵੇ ਤਾਂ ਲੱਖ ਰੁਪਏ ਪ੍ਰਾਪਤ ਹੋ ਜਾਂਦਾ ਉਹਨੂੰ ਸਾਡੇ ਨਕਸ਼ੇ ਅਨੁਸਾਰ 25% ਅਧੀ ਮਤਲਬ 25% ਅੱਛਾ ਡਾਕਟਰ ਸਾਹਿਬ ਗੱਲਬਾਤ ਜਾਰੀ ਰੱਖਦੇ ਆ ਇੱਕ ਟੈਲੀਫੋਨ ਆ ਗਿਆ ਆਪਣਾ ਚਾਚਾ ਜੀ ਦਾ ਹੈਲੋ ਜੀ ਹੈਲੋ ਹਾਂਜੀ ਹੈਲੋ ਹੈਲੋ ਜੀ ਹਾਂਜੀ ਮੈਂ ਹਰਜੀਤ ਸਿੰਘ ਪੰਡਾ ਅਧਿਕਾਰੀ ਜ਼ਿਲ੍ਹਾ ਜਲੰਧਰ ਤੋਂ ਬੋਲਦਾ ਜੀ ਜੀ ਹਰਜੀਤ ਜੀ ਤੁਹਾਡੀਆਂ 2-3 ਟੈਕਨੀਕਲ ਗੱਲਾਂ ਜਿਹੜੀਆਂ ਡਾਕਟਰ ਸਾਹਿਬ ਨੂੰ ਪੁੱਛਣੀਆਂ ਬਈ ਜਿਹੜਾ ਪਤੂਆਂ ਥੱਲੇ ਅਸੀਂ ਫਾਰਸ਼ ਪਾਉਂਦੇ ਆ ਖੜੀਆ ਚ ਲਾ ਦਿੰਦੇ ਆ ਹੂੰ ਤੇ ਉਹ ਖੜੀਆ ਚ ਜਿਆਦਾ ਚੰਗੀ ਰਹਿੰਦੀ ਆ ਤੇ ਜਾਂ ਫਾਰਸ਼ ਥੱਲੇ ਚੰਗਾ ਰਹਿੰਦਾ ਐਸਾ ਸਵਾਲ ਸਾਡਾ ਸਵਾਲ ਇਹ ਆ ਹੂੰ ਦੂਸਰਾ ਸਾਡਾ ਸਵਾਲ ਇਹ ਆ ਜੀ ਵੀ ਕਈ ਲੋਕ ਹੁਣ ਅੱਜ ਕੱਲ੍ਹ ਢਲਾਨ ਜਿਆਦੀ ਲੱਗ ਦਿੰਦੇ ਆ ਫਸੂ ਨੂੰ ਪਿੱਛੇ ਤੋਂ ਬੋਹਾ ਗੁੰਡਾ ਪੰਜਾਬ ਵਿਖੇ ਚਲੇ ਜਾਵੇ ਜੀ ਤੇ ਉਹਦੀ ਸਹੀ ਕਿੰਨਾ ਕੁ ਮੀਜ਼ਰਮੈਂਟ ਦੇ ਹਿਸਾਬ ਨਾਲ ਇਹ ਐ ਤੇ ਜਾਂ ਫੁੱਟ ਕਿੰਨੀ ਕੈਂਚੇ ਹੋਗੀ ਢਾਨ ਹੋਣੀ ਚਾਹੀਦੀ ਆ ਤਾਂ ਕਿ ਫਸੂ ਆਰਾਮ ਨਾਲ ਬੈਠ ਸਕੇ ਕਿ ਪਿੱਛੇ ਪਹਾੜ ਨਾ ਪਵੇ ਆ ਦੋ ਕੁ ਟੈਕਨੀਕਲ ਗੱਲਾਂ ਮਿਹਰਬਾਨੀ ਕਰਕੇ ਜਿੰਨੇ ਸੋਹਣੇ ਤਰੀਕੇ ਨਾਲ ਦੱਸ ਸਕਿਆ ਜਾਵੇ ਸਾਹਿਬ ਜੀ ਜੀ ਠੀਕ ਆ ਜੀ ਠੀਕ ਆ ਧੰਨਵਾਦ ਜੀ ਸੋ ਕਿਸਾਨ ਵੀਰੋ ਜਿਹੜੀ ਤੱਕ ਤੁਸੀਂ ਫਰਸ਼ ਦੀ ਢਲਾਨ ਦੀ ਗੱਲ ਕੀਤੀ ਆ ਉਹ 10 ਫੁੱਟ ਪਿੱਛੇ 1 ਇੰਚ ਆਪਾ ਉਹ ਨਾਲੀ ਚ ਢਲਾਨ ਦੇਣੀ ਆ ਜਿਹੜਾ ਮਲਮੂਤਰ ਬੜੇ ਆਰਾਮ ਨਾਲ ਨਿਕਲ ਜਾਵੇ। 10 ਫੁੱਟ ਦਾ ਕੀ ਮਤਲਬ ਜੀ? 10 ਫੁੱਟ ਲੰਬਾਈ। ਅੱਛਾ। ਤੇ ਉਹਨੂੰ ਅਸੀਂ ਜਿਹੜੀ ਥੱਲੇ ਵਾਲੀ ਉਹਦੀ ਢਲਾਨ ਦੇਣੀ ਆ 1.5 ਫੁੱਟ ਚੌੜੀ ਜਿਹੜੀ ਨਾਲੀ ਆ ਉਹ 1 ਇੰਚ ਥੱਲੇ ਦੇਣੀ ਆ। 1 ਇੰਚ ਇੱਧਰ 1 ਇੰਚ ਇੱਧਰ ਸੈਂਟਰ ਚ ਸਾਡੇ ਉਹ 1.5 ਇੰਚ ਥੱਲੇ ਹੋਏਗੀ। ਜੀ ਜੀ। ਜਿਹੜੀ ਪਿੱਛੇ ਨੂੰ ਢਲਾਨ ਦੇਣੀ ਆ ਉਹ 1 ਤੋਂ 1.5 ਇੰਚ ਬਹੁਤ ਆ ਜੀ। 1 ਇੰਚ 1.5 ਇੰਚ ਬਹੁਤ ਆ ਜਿਹਦੇ ਨਾਲ ਉਹ ਭਾਰ ਜਿੱਦਾਂ ਬਹੁਤ ਸੋਹਣੀ ਵਧੀਆ ਕੁਐਸਚਨ ਕੀਤਾ ਫਾਰਮੂਲੇ ਕਿ ਉਹ ਸਾਡਾ ਕਿਸ ਕਦੇ ਨਾ ਕਿਸਕੇ ਨਾਮ ਜੀ ਜੀ ਤੇ ਪਹਿਲਾ ਕੁਐਸਚਨ ਇਹਦਾ ਕੀ ਸੀਗਾ ਜੀ ਇੱਕ ਤਾਂ ਨਹੀਂ ਖੜੀ ੱਟ ਗਿਆ ਸੀ ਹਾਂ ਖੜੀ ੱਟ ਹਾਂ ਦੇਖੋ ਖੜੀ ੱਟ ਬੈਟਰ ਹੁੰਦੀ ਆ ਦੂਸਰੀ ੱਟ ਨਾਲੋਂ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਬਲੌਕ ਵਾਲੀਆਂ 1 ਫੁੱਟ ਬਾਈ 1 ਫੁੱਟ ਦੀਆਂ ਟੈਲਾ ਆ ਗਈਆਂ ਸਿਮੈਂਟਡ ਕੋਟਡ ਉਹ ਚ ਪਹਿਲਾਂ ਇਹ ਉੱਤੇ ਡੱਬੀਆਂ ਬਣੀਆਂ ਹੁੰਦੀਆਂ ਤਾਂ ਜੋ ਕੋਈ ਕੋਈ ਚੀਜ਼ ਅੜੇ ਨਾ ਉਹ ਆਪਾਂ ਲਾ ਸਕਦੇ ਹਾਂ ਸੋ ਖੜੀ ੱਟ ਬੈਟਰ ਹੈ ਸਿੱਧੇ ਰੱਖਣ ਨਾਲੋਂ ਔਰ ਜਿਹੜੀ ਫੋਟੋ ਵੇ ਫੁੱਟ ਦੀ ਟਾਇਲ ਆ ਉਹ ਵੀ ਲਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਚੰਗਾ ਕੰਕਰੀਟ ਪਾ ਕੇ ਉਹਦੇ ਤੇ ਸਰੀਆਂ ਦੇ ਨਾਲ ਸਿੰਪਲ ਤਰੀਕੇ ਨਾਲ ਵੀ ਇੱਕ ਲਾਈਨਾਂ ਮਾਰ ਕੇ ਸਿੰਪਲ ਪਾ ਸਕਦੇ ਹੋ ਜੀ ਇਹਨਾਂ ਨੇ ਗੱਲ ਬਹੁਤ ਸੋਹਣੀ ਕੀਤੀ ਹੈ ਟਲਾਨ ਅਕਸਰ ਮਿਸਤਰੀ ਜਿਹੜੇ ਕੀ ਆ ਉਹ ਜਿਹੜੇ ਆ ਟਲਾਨ ਜ਼ਿਆਦਾ ਕਰ ਜਾਂਦੇ ਆ ਉਹ ਟੇਪਰ ਜ਼ਿਆਦਾ ਕਰਦੇ ਟੇਪਰ ਜ਼ਿਆਦਾ ਕਰ ਜਾਂਦੇ ਡਰ ਕੀ ਹੁੰਦਾ ਉਹਨਾਂ ਨੂੰ ਵੀ ਇਹ ਮੈਨੂੰ ਕਵੇ ਨਾ ਜੀ ਇਹ ਤੇ ਮਲਬੂਤਰ ਹੀ ਨਿਕਲਿਆ ਜੀ ਪਾਣੀ ਖੜਾ ਹੋ ਗਿਆ ਜੀ ਉਹ ਇਸ ਕਰਕੇ ਪਰ ਪਾਚੂ ਦਾ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਨੁਕਸਾਨ ਬਿਲਕੁਲ ਪਿੱਛੇ ਨੂੰ ਕੁਝ ਖੜੀ ੱਟ ਜਿਹੜੀ ਮਠਾ ਸਿੰਘ ਜੀ ਤੁਹਾਨੂੰ ਪਤਾ ਖੜੀ ੱਟ ਲੱਗਣੀ ਐ ਠੋਕੇ ਆ ਆ ਉਹਦਾ ਮਤਲਬ ਕੁਝ ਸਮਾਂ ਵੀ ਹੁੰਦਾ ਜਿਹੜੀ ਦੂਜੀ ੱਟ ਉਹ ਟੁੱਟ ਵੀ ਸਕਦੀ ਐ ਜੇ ਤੀ ਬਿਲਕੁਲ ਪਿੱਛ ਲਓ ਜੀ ਆਪਣਾ ਚੌਰੀ ਸਾਹਿਬ ਹਾਂਜੀ ਡਾਕਟਰ ਚੌਹਣੀ ਬੜੀ ਸੱਚੀ ਸਾਰੀ ਜਾਣਕਾਰੀ ਦਿੱਤੀ ਆ ਔਰ ਵਾਕਈ ਗਰਮੀਆਂ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਚਾਹੀਦਾ ਤੇ ਗਰਮੀਆਂ ਦੀ ਗੱਲ ਚੱਲੀ ਆ ਤੇ ਤਾਪਮਾਨ ਦੀ ਗੱਲ ਚੱਲੀ ਆ ਇਹਨਾਂ ਦਾ ਧੰਨਵਾਦ ਨਹੀਂ ਕਰਨਾ ਧੰਨਵਾਦ ਵੀ ਕਰਦੇ ਆ ਪਹਿਲੇ ਤਾਪਮਾਨ ਦੱਸ ਲਈਏ ਅੱਛਾ ਅੱਛਾ ਕਾਲੇ ਨਾ ਪਵੋ ਅੱਛਾ ਨਹੀਂ ਨਹੀਂ ਚਾਹ ਆ ਗਈ ਆ ਮੌਸਮ ਦੇ ਹਾਂ ਬਿਲਕੁਲ ਮੌਸਮ ਦੇ ਵਿਭਾਗ ਵਾਲਿਆਂ ਨੇ ਕਹਲਿਆ ਜੀ ਪਹਿਲੇ ਤਾਪਮਾਨ ਦੱਸ ਦਈਏ ਹਾਂ ਤਾਪਮਾਨ ਦੱਸ ਚੰਡੀਗੜ੍ਹ ਚ ਵਾਤਵਾਰ 33.8 ਡਿਗਰੀ ਰਿਹਾ ਤੇ ਘੱਟ ਤੋਂ ਘੱਟ 22.6 ਅੰਮ੍ਰਿਤਸਰ ਚ 32.3 ਤੇ 20.8 ਡਿਗਰੀ ਸੈਲਸੀਅਸ ਹਾਂਜੀ ਲੁਧਿਆਣਾ ਚ 34.6 ਤੇ 21.1 ਡਿਗਰੀ ਸੈਲਸੀਅਸ ਪਟਿਆਲਾ ਚ 35.8 ਤੇ 23.9 ਬਠਿੰਡਾ ਚ ਵਾਤਵਾਦ 44.6 ਤੇ ਘੱਟ ਤੋਂ ਘੱਟ 22.8 ਤੇ ਫਰੀਦਕੋਟ ਚ ਵਾਤਵਾਦ 36.5 ਤੇ ਘੱਟ ਤੋਂ ਘੱਟ 23.8 ਤਾਪਮਾਨ ਇਹ ਤਾਪਮਾਨ ਸੀ ਜੀ ਤੇ ਮੌਸਮ ਬਾਰੇ ਜਿਹੜੀ ਖਬਰ ਕਲੀ ਆ ਨਾ ਇਹਨਾਂ ਨੇ ਉਹ ਇਹ ਆ ਵੀ ਆਉਣ ਵਾਲੇ ਤਕਰੀਬਨ 48 ਘੰਟਿਆਂ ਚ ਅੱਛਾ ਇਹ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਸਕਦੀ ਆ ਕੁਝ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਵੀ ਬਰਖਾ ਹੋ ਸਕਦੀ ਆ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਆ ਇਹ ਤੇ ਸੀ ਜੀ ਮੌਸਮ ਦਾ ਹਾਲ ਜਿਹੜਾ ਅਸੀਂ ਦੱਸਿਆ ਹੈ ਕਿਸਾਨ ਵੀਰੋ ਤੇ ਭੈਣੋ ਤੁਸੀਂ ਵੀ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਭੇਜਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਖਤ ਲਿਖ ਸਕਦੇ ਆਂ ਈਮੇਲ ਕਰ ਸਕਦੇ ਆਂ ਖਤ ਲਿਖਣ ਲਈ ਪਤਾ ਜਿਹੜਾ ਉਹ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ 39144001 ਤੇ ਜਿਹੜਾ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਬੈਨੂ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਬਸ ਥੋੜੀਆਂ ਜੀਆਂ ਗੱਲਾਂ ਜਿਹੜੀਆਂ ਅਸੀਂ ਤੁਹਾਨੂੰ ਨਿਤ ਦੱਸਦੇ ਆ ਵੀ ਜਦੋਂ ਘਰੋਂ ਬਾਹਰ ਜਾਓ ਤੇ ਮਾਸਕ ਜ਼ਰੂਰ ਪਾ ਕੇ ਜਾਓ ਸਮਾਜਿਕ ਦੂਰੀ ਇੱਕ ਦੂਜੇ ਤੋਂ ਬਣਾ ਕੇ ਰੱਖੋ ਜਦੋਂ ਘਰ ਵਾਪਸ ਆਣੇ ਆ ਤੇ ਸਭ ਨਾਲ ਚੰਗੀ ਤਰ੍ਹਾਂ ਹੱਥ ਪੈਰ ਤੋਂ ਉਹ ਸੈਨੀਟਾਈਜ਼ਰ ਵੀ ਕਰ ਸਕਦੇ ਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੈ ਹਿੰਦ ਜੈ